ਪੀਟੀਸੀ ਦੇ ਡਿਜੀਟਲ ਪਲੇਟਫਾਰਮ ਤੇ ਲਾਈਵ ਹੋਏ ਆ ਹਾਲਾਤ ਲੈ ਕੇ ਜਲੰਧਰ ਤੋਂ, ਜਿੱਥੇ ਧੰਨੋਵਾਲੀ ਦੇ ਕੋਲ ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਵਾ। ਇਸ ਵੇਲੇ ਅਸੀਂ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਖੜੇ ਆ। ਤੁਸੀਂ ਵੇਖ ਸਕਦੇ ਹੋ ਦੂਰ ਤੱਕ ਜਿੱਥੇ ਤੱਕ ਨਿਗਾਹ ਜਾ ਰਹੀ ਹੈ, ਮੇਨ ਹਾਈਵੇ ਦੇ ਆ ਦੋਨੋਂ ਲੇਨਸ ਜਿਹੜੀਆਂ ਨੇ ਉੱਥੇ ਸਨਾਟਾ ਪਿਆ ਹੋਇਆ ਵਾ, ਕਿਉਂਕਿ ਡਾਇਵਰਸ਼ਨ ਜਿਹੜਾ ਕਿ ਮਗਰਲੇ ਪਾਸਿਓਂ ਦਿੱਤੀ ਗਈ ਹੈ। ਦੂਸਰੇ ਪਾਸੇ ਦੀ ਵੀ ਤਸਵੀਰ ਸਾਂਝੀ ਕਰਾਂਗੇ। ਦੂਸਰੇ ਪਾਸੇ ਵੀ ਜਿਹੜਾ ਫਗਵਾੜੇ ਤੋਂ ਟ੍ਰੈਫਿਕ ਆਉਣ ਵਾਲਾ ਹੈ ਅੰਮ੍ਰਿਤਸਰ ਨੂੰ ਜਾਣ ਵਾਲਾ, ਉਹ ਵੀ ਜਿਹੜੀ ਲੇਨ ਜਿਹੜੀ ਹੈ ਕਿ ਬੰਦ ਕੀਤੀ ਗਈ ਹੈ। ਪਰ ਇਹਦੇ ਵਿੱਚ ਹੀ ਪਿਛਲੇ ਲਗਭਗ ਹੁਣ 24 ਘੰਟੇ ਹੋ ਗਏ ਨੇ, ਆਮ ਜਨਤਾ ਜਿਹੜੀ ਹੈ ਉਹ ਸਰਕਾਰ ਤੇ ਕਿਸਾਨਾਂ ਦੇ ਵਿੱਚ ਜਿਹੜੇ ਚੱਲ ਰਹੇ ਰੇੜਕੇ ਦੇ ਵਿੱਚ ਜਿਹੜਾ ਕਿ ਪਿਸਦੀ ਨਜ਼ਰ ਆ ਰਹੀ ਹੈ। ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਕਿੰਨੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਕਿ ਉਹ ਜਲੰਧਰ ਦੇ ਤੋਂ ਨਿਕਲਦੇ ਜਿਹੜੇ ਕਿ ਨੈਸ਼ਨਲ ਹਾਈਵੇ ਦੇ ਨਾਲ ਸਲਿਪ ਰੋਡ ਤੇ ਨਿੱਕੀਆਂ ਹੋਈਆਂ। ਲੋਕਾਂ ਨਾਲ ਗੱਲਬਾਤ ਵੀ ਕਰਾਂਗੇ, ਕਿੰਨੀ ਦੇਰ ਹੋ ਗਈ ਟ੍ਰੈਫਿਕ 'ਚ ਫਸੇ ਹੋਏ? ਜੀ ਡੇਢ ਘੰਟਾ ਹੋ ਗਿਆ ਬੀਟੇ ਦਾ ਆਪਰੇਸ਼ਨ ਕਰਵਾ ਕੇ, ਅੱਖਾਂ ਦਾ ਕੱਲ ਵੀ ਖੱਜਲ ਹੋਏ, ਅੱਜ ਵੀ ਖੱਜਲ ਹੋਏ ਆ। ਬੀਟੇ ਦਾ ਉੱਥੇ ਹਸਪੀਟਲ ਦਾਖਲ ਹੈ, ਮਹਾਜਨ ਹਸਪੀਟਲ ਦੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਮਹਾਜਨ ਹਸਪੀਟਲ ਤੇ। ਹਾਂਜੀ, ਤੇ ਇੰਨੀ ਪਰੇਸ਼ਾਨੀ ਹੋ ਰਹੀ ਆ, ਕੀ ਕਹਿਣ ਦੀ ਗੱਲ ਆ, ਬਹੁਤ ਦੁਖੀ ਹੋਏ ਹਾਂ। ਹਾਲਾਤ ਜੋ ਬਣੇ ਹੋਏ ਨੇ, ਅੱਗੇ ਵੀ ਧਰਨੇ ਬਹੁਤ ਲੱਗੇ, ਪਰ ਇਸ ਤਰੀਕੇ ਤੇ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ? ਭਾਜੀ ਜ਼ਿੰਮੇਵਾਰ ਸਰਕਾਰਾਂ ਵੀ ਹੈਗੀਆਂ, ਲੋਕ ਪਬਲਿਕ ਵੀ ਹੈਗੀ ਜਿਹੜੀ ਧਰਨੇ ਲਾ ਕੇ ਬੈਠੇ ਆ। ਵੀ ਮਤਲਬ ਤੇ ਇਹ ਗਵਰਨਮੈਂਟ ਨੂੰ ਘੇਰਨਾ ਨਾ, ਲੋਕਾਂ ਕੋਲੋਂ ਕੀ ਲੈਣਾ ਹੈ ਜੀ? ਗੰਨਾ ਅਸੀਂ ਥੋੜੀ ਖਰੀਦਿਆ ਇਹਨਾਂ ਦਾ, ਸਾਨੂੰ ਗੰਨੇ ਨਾਲ ਮਤਲਬ ਨਹੀਂ ਹੈ, ਸਾਨੂੰ ਤਾਂ ਆਪਣੇ ਆਣ ਜਾਣ ਨਾਲ ਮਤਲਬ ਆ। ਗੰਨਾ ਹੀ ਨਹੀਂ ਜਿਨ੍ਹਾਂ ਨੂੰ ਦੇਣਾ, ਜਿਨ੍ਹਾਂ ਨੇ ਇਹਨਾਂ ਦਾ ਰੇਟ ਵਧਾਉਣਾ, ਉਹਨਾਂ ਨਾਲ ਗੱਲ ਕਰਨ, ਅਸੀਂ ਥੋੜੀ ਰੇਟ ਵਧਾਉਣਾ। ਆਮ ਜਨਤਾ ਪਿਸਦੀ ਵੀ 24 ਘੰਟੇ ਹੋ ਗਏ ਨੇ, ਹਾਲਾਤ ਇਹੀ ਬਣੇ, ਇਹੋ ਹੀ ਬਣੇ, ਰਾਤ ਦੇ ਇਹੋ ਹੀ ਬਣੇ ਹੋਆ ਜੀ, ਗੱਲ ਵੀ ਸਰ ਦਿਨ ਖੱਜਲ ਹੋਇਆ ਜੀ, ਖੱਜਲ ਹੋਇਆ। ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕੀ ਆਪਣੀ ਆਪਣੀ ਸਾਰੀ ਗੱਲਬਾਤ ਦੱਸਦੇ ਪਏ ਨੇ ਕਿ ਬੇਟੇ ਦਾ ਆਪਰੇਸ਼ਨ ਕਰਾਇਆ ਵਾ, ਕਿ ਕੱਲ ਦੇ ਉਹ ਖੱਜਲ ਖਰਾਬ ਹੋ ਰਹੇ ਨੇ। ਮਗਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤੱਕ ਲੈਣਾ ਲੱਗੀਆਂ ਹੋਈਆਂ ਨੇ, ਲੋਕ ਪਰੇਸ਼ਾਨ ਹੋ ਰਹੇ ਨੇ। ਇਹੀ ਦੱਸ ਰਹੇ ਨੇ ਕਿ ਖੱਜਲ ਖਰਾਬੀ ਇੰਨੀ ਕਿ ਕੁਛ ਉਹਦਾ ਹਿਸਾਬ ਹੀ ਨਹੀਂ ਹੈਗਾ। ਕਿ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੇ ਉੱਤੇ ਲਗੇਜ ਬੈਗ ਵੀ ਲੱਗੇ ਹੋਏ ਨੇ, ਦੂਰ ਦੁਰਾਡਿਓ ਜਿਹੜੇ ਕਿ ਲੋਕ ਆ ਰਹੇ ਨੇ, ਟੂਰਿਸਟ ਵੀ ਆ ਰਿਹਾ ਵੈ। ਪਰ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਵੈ ਉਹ ਲਗਾਤਾਰ ਨਿਰੰਤਰ ਜਾਰੀ ਹੈ। ਜਿੱਥੇ ਤੱਕ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਕਿ ਲੈਣਾ ਬੇਹੱਦ ਲੰਬੀਆਂ ਲੱਗੀਆਂ ਹੋਈਆਂ ਨੇ, ਲੋਕ ਵੀ ਇੱਥੋਂ ਲੰਘ ਰਹੇ ਨੇ। ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ, ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਜਗ੍ਹਾ ਤੋਂ ਲੋਕ ਜਿਹੜੇ ਨੇ ਕਿ ਇਸ ਵੇਲੇ ਇੱਥੋਂ ਆ ਰਹੇ ਨੇ। ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਕਿ ਅਸੀਂ ਸਾਂਝੀਆਂ ਕਰਦੇ ਪਏ ਹਾਂ, ਉਹ ਜਲੰਧਰ ਦੇ ਜਿਹੜੇ ਕਿ ਹਾਈਵੇ ਤੋਂ ਉੱਤੋਂ ਕਰਦੇ ਪਏ ਹਾਂ, ਕਿ ਜਿੱਥੇ ਲਗਾਤਾਰ ਲੋਕ ਜਾ ਰਹੇ ਨੇ, ਐਡਮਿਨਿਸਟ੍ਰੇਸ਼ਨ ਦੇ ਵੀ ਲੋਕ ਜਾ ਰਹੇ ਨੇ। ਕਿੰਨੀ ਕੁ ਲੰਬਾ ਜਾਮ ਲੱਗਾ ਹੋਇਆ ਭਾਜੀ? ਬਹੁਤ ਲੰਬਾ ਜਾਮ ਲੱਗਾ ਹੋਇਆ, ਬਹੁਤ ਜ਼ਿਆਦਾ ਲੰਬਾ ਜਾਮ, ਤੇ ਇਹ ਰੋਜ਼ ਦਾ ਨਿੱਤ ਦਾ ਕਲੇਸ਼ ਹੈ। ਇਹ ਤੇ ਮੋਦੀ ਸਾਹਿਬ, ਇਹ ਜਦੋਂ ਦਾ ਤੁਸੀਂ ਉਹਨਾਂ ਦੀ ਕਿਸਾਨਾਂ ਦੀਆਂ ਗੱਲਾਂ ਮੰਨੀਆਂ, ਉਦੋਂ ਦਾ ਕੁੱਤ ਕਲੇਸ਼ ਜ਼ਿਆਦਾ ਵੱਧ ਗਿਆ ਉਦੋਂ ਦਾ। ਉਸ ਤੋਂ ਪਹਿਲਾਂ ਤਾਂ ਚਲੋ ਦੂਜੇ ਤੀਜੇ ਦਿਨ ਕਦੇ ਸਾਲ 'ਚ ਦੋ ਵਾਰੀ ਬੰਦ, ਹੁਣ ਤਾਂ ਤੀਜੇ ਦਿਨ ਬੰਦ ਦਾ ਕੰਮ ਹੈ। ਇਹ ਕਿਸਾਨਾਂ ਨੂੰ ਰੋਜ਼ ਦਾ ਪਤਾ ਨੀ ਕੀ ਚਾਅ ਚੜਿਆ, ਤੀਜੇ ਦਿਨ ਇਹਨਾਂ ਨੇ ਬੰਦ ਕੀਤਾ ਹੁੰਦਾ ਕੁਛ ਨਾ ਕੁਛ। ਸਰਕਾਰਾਂ ਨੂੰ ਲੱਗਦਾ ਹਿੱਲਾ ਕੱਢਣਾ ਚਾਹੀਦਾ, ਸਰਕਾਰਾਂ ਨੂੰ ਤਾਂ ਕਰਨਾ ਚਾਹੀਦਾ ਮੋਦੀ ਨੇ ਜਿਉਂ ਦਾ ਕਿਸਾਨਾਂ ਦੀ ਗੱਲਾਂ ਮੰਨੀਆਂ, ਉਹਨਾਂ ਦੀ ਗੁੰਡਾਗਰਦੀ ਜ਼ਿਆਦਾ ਵੱਧ ਗਈ ਹੈ। ਲਗਾਤਾਰ ਲੋਕਾਂ ਨਾਲ ਗੱਲਬਾਤ ਕਰ। ਸਰ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਤੁਸੀਂ? ਜਲੰਧਰ ਤੋਂ ਆ ਰਹੇ ਹਾਂ ਜੀ। ਕਿੰਨੀ ਦੇਰ ਹੋ ਗਈ ਟ੍ਰੈਫਿਕ 'ਚ ਫਸੇ ਹੋਏ ਹੋ? ਘੰਟਾ ਹੋ ਗਿਆ ਜੀ। ਜਾ ਕਿੱਥੇ ਹੋਏ ਹੋ? ਲੁਧਿਆਣੇ ਜਾ ਰਹੇ ਹਾਂ ਜੀ। ਹਲੇ ਤੇ ਅਸੀਂ ਰਾਮਾ ਮੰਡੀ ਵੀ ਕ੍ਰੋਸ ਕੀਤਾ 1 ਘੰਟੇ ਤੋਂ। ਕਿਉਂ ਹੋ ਰਿਹਾ ਯਾਰ, ਕਿਸ ਤਰ੍ਹਾਂ ਹੈਗਾ? ਹੱਦ ਹੈਗੀ ਆ ਯਾਰ, ਵੈਸੇ ਜਿਹੜੀ ਜਿਹਦਾ ਦਿਲ ਕਰਦਾ ਫਾਰਮਰ ਦਾ, ਉਹ ਚੁੱਕੇ ਸੜਕ ਤੇ ਬਹਿ ਜਾਓ, ਬਾਕੀ ਜਨਤਾ ਨੂੰ ਤੰਗ ਕਰੋ। ਜੇ ਧਰਨਾ ਲਾਣਾ ਤੇ ਜਾ ਕੇ ਆਪਣਾ ਚੀਫ ਮਿਨਿਸਟਰ ਤੇ ਬਾਹਰ ਲਾਓ, ਸਾਨੂੰ ਜਨਤਾ ਨੂੰ ਕਿਉਂ ਤੰਗ ਕੀਤਾ? ਅਸੀਂ ਤੁਹਾਨੂੰ ਪੈਸੇ ਦੇਣੇ। ਲੋਕਾਂ ਦਾ ਜਿਹੜਾ ਕਿ ਰੋਸ ਕਿਸਾਨਾਂ ਪ੍ਰਤੀ ਵੀ ਪੂਰਾ ਹੈਗਾ, ਸਰਕਾਰਾਂ ਨੂੰ ਵੀ ਨਾਲੋਂ ਨਾਲ ਇਹ ਗੱਲ ਆਖ ਰਹੇ ਨੇ ਕਿ ਕਸੂਰ ਉਹਨਾਂ ਦਾ ਕੀ ਹੈ। ਹਾਲਾਂਕਿ ਤੁਸੀਂ ਇੱਥੇ ਗੱਲਬਾਤ ਸੁਣੀ ਹੈ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਡਾ ਵਿੱਚ ਇਹਦੇ ਵਿੱਚ ਕੀ ਕਸੂਰ ਹੈਗਾ, ਨਾ ਅਸੀਂ ਗੰਨਾ ਲਿਆ ਵੈ, ਨਾ ਅਸੀਂ ਕਿਸੇ ਨੂੰ ਦਿੱਤਾ, ਬਟ ਲੋਕਾਂ ਦੀ ਜਿਹੜੀ ਸਮੱਸਿਆ ਵੈ ਉਹ ਬੇਹੱਦ ਜਿਹੜੀ ਹੈ ਕਿ ਇੱਥੇ ਸਾਫ਼ ਦਿਸਦੀ ਨਜ਼ਰ ਆ ਰਹੀ। ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਜਾ ਰਹੇ ਹੋ, ਤੁਸੀਂ ਹਸਪੀਟਲ ਤੋਂ ਆ ਰਹੇ ਹੋ ਜੀ? ਸਰਜਰੀ ਹੋਈ ਆ ਵੀ ਮੇਰੇ। ਕਿੰਨੀ ਦੇਰ ਤੋਂ ਪਿੱਛੇ ਜਾਮ 'ਚ ਫਸੇ ਹੋਏ ਹੋ? ਗੱਲਬਾਤ ਕਰਾਂਗੇ ਇੱਥੇ ਭਾਈ ਸਾਹਿਬ ਜਿਹੜੇ ਇਹਨਾਂ ਦੇ ਨਾਲ ਨੇ, ਭਾਜੀ ਇਹ ਆ ਰਹੇ ਨੇ ਪੇਸ਼ੈਂਟ ਨੇ? ਹਾਂਜੀ। ਕਿੰਨੀ ਦੇਰ ਤੋਂ ਜਾਮ 'ਚ ਫਸੇ? ਇਹਨੂੰ ਹੋ ਗਿਆ ਤਾਂ ਪੌਣਾ ਘੰਟਾ ਤਕਰੀਬਨ ਹੋ ਹੀ ਗਿਆ ਆ। ਠੀਕ ਹੈ, ਅਸੀਂ ਪਿੱਛੇ ਦੋ ਪੁਲਿਸ ਵਾਲਿਆਂ ਨੂੰ ਮਿਹਨਤ ਵੀ ਕੀਤੀ ਵੀ ਸਾਨੂੰ ਇੱਧਰ ਹੀ ਜਾਣ ਦਿਓ, ਉਹ ਕਹਿੰਦੇ ਬਸ ਇਹਨੇ ਇੱਧਰ ਹੀ ਰੱਖੋ, ਬਸ ਟ੍ਰੈਫਿਕ ਵਿੱਚ ਗੱਡੀ ਰੱਖੋ, ਇਹ ਕੋਈ ਰੂਲ ਥੋੜੀ ਹੈ ਨਾ ਸਰ। ਤੁਸੀਂ ਦੇਖ ਸਕਦੇ ਹੋ ਕਿ ਇਹ ਲਾਈਵ ਤਸਵੀਰ ਹੈ, ਪੇਸ਼ੈਂਟ ਦੀ ਹਾਲਤ ਖਰਾਬ ਹੈ। ਜਿਹੜੇ ਗੱਡੀ ਚਲਾਉਂਦੇ ਪਏ ਨੇ ਭਾਈ ਸਾਹਿਬ, ਉਹਨਾਂ ਨੇ ਵੀ ਗੱਲ ਆਖੀ ਹੈ ਕਿ ਪੁਲਿਸ ਵਾਲਿਆਂ ਨੂੰ ਅਸੀਂ ਕਿਹਾ ਵੀ ਹੈ ਕਿ ਸਾਨੂੰ ਜਿਹੜਾ ਕਿ ਜਾਣ ਦਿੱਤਾ ਜਾਵੇ, ਬਟ ਫਿਰ ਵੀ ਜਿਹੜਾ ਕਿ ਟ੍ਰੈਫਿਕ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ ਤੁਸੀਂ ਟ੍ਰੈਫਿਕ ਦੇ ਵਿੱਚੋਂ ਜਾਓ। ਹਰੇਕ ਵਿਅਕਤੀ ਨੂੰ ਜਿਹੜੀ ਹੈ ਕਿ ਉਹ ਸਮੱਸਿਆ ਆਪਣੇ ਦੇ ਆਪਣੇ ਆਪਣੇ ਪੱਧਰ ਤੇ ਆ ਰਹੀ ਹੈ, ਪਰ ਹਾਲਾਤ ਜਿਸ ਤਰੀਕੇ ਦੇ ਨਾਲ ਬਣੇ ਨੇ, ਪੁਲਿਸ ਜੇ ਡਿਪਾਰਟਮੈਂਟ ਦੀ ਗੱਲ ਕਰੀਏ ਉਹ ਇੱਥੇ ਨਾ ਮਾਤਰ ਹੀ ਦਿਸਦਾ ਪਿਆ। ਹਾਲਾਂਕਿ ਸਾਹਮਣੇ ਬੈਰੀਕੇਟਿੰਗ ਜ਼ਰੂਰ ਹੋਈ ਹੋਈ ਹੈ, ਲੋਕਾਂ ਦੀਆਂ ਪਰ ਜਿਹੜੀਆਂ ਸਮੱਸਿਆਵਾਂ ਹੈਗੀਆਂ, ਲੋਕੀ ਕਈ
ਜੇਕਰ ਅਗਰ ਕਿਸਾਨਾਂ ਨੇ ਧਰਨਾ ਵੀ ਲਾਣਾ ਮੈਂ ਤੇ ਉਹ ਸਰਕਾਰ ਦੇ ਦਵਾਰ ਤੇ ਜਾ ਕੇ ਲਗਾਏ ਜਾਣ। ਤੁਹਾਨੂੰ ਮੈਂ ਦੱਸ ਦਿਆਂ ਕਿ ਪਿਛਲੇ 24 ਘੰਟੇ ਹੋ ਗਏ ਨੇ ਹੁਣ ਲਗਭਗ, ਜਿਹੜਾ ਕਿ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲਾ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਜੂੰ ਦੀ ਤੋਰੇ ਜਿਹੜਾ ਕਿ ਗੱਡੀਆਂ ਤੁਰਦੀਆਂ ਪਈਆਂ ਨੇ, ਲੋਕਾਂ ਨੂੰ ਪਰੇਸ਼ਾਨੀ ਵੀ ਬੇਹੱਦ ਜਿਹੜੀ ਆ ਰਹੀ ਹੈ, ਦੂਰ ਦੁਰਾਡੇ ਤੋਂ ਜਾਣ ਵਾਲੇ ਲੋਕਾਂ ਨੂੰ ਜਿਹੜੀ ਹੈ ਕਿ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਦੂਰ ਤੱਕ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਕਿ ਜਿਸ ਤਰੀਕੇ ਜਿੱਥੇ ਤੱਕ ਵੀ ਇਸ ਵੇਲੇ ਨਿਗਾਹ ਜਾ ਰਹੀ ਹੈ ਇਹੀ ਹਾਲਾਤ ਬਣੇ ਹੋਏ ਨੇ। ਮਗਰਲੇ ਪਾਸੇ ਪਠਾਨਕੋਟ ਬਾਈਪਾਸ ਵੀ ਹੈ ਜਿਹੜਾ ਜੰਮੂ ਨੂੰ ਰਸਤਾ ਜਾਂਦਾ ਵਾ, ਉੱਥੇ ਵੀ ਹਾਲਾਤ ਜਿਹੜੇ ਨੇ ਕਿ ਇਸੇ ਪ੍ਰਕਾਰ ਬਣੇ ਹੋਏ ਨੇ। ਗੱਲਬਾਤ ਲੋਕਾਂ ਨਾਲ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਾਮ ਜਿਹੜਾ ਹੈ ਕਿ ਉਹ ਕਿੱਥੇ ਤੱਕ ਹੈ। ਬਾਕੀ ਪੁਲਿਸ ਦਾ ਡਿਪਾਰਟਮੈਂਟ ਦੇ ਜਿਹੜੇ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਵੀ ਇੱਥੇ ਖੜੇ ਹੋਏ ਨੇ, ਇਹਨਾਂ ਨੂੰ ਵੀ ਪੁੱਛਾਂਗੇ ਕਿ ਜੋ ਇਸ ਵੇਲੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਉਹ ਕਿੰਨੇ ਕੁ ਜਿਹੜੇ ਨੇ ਕਿ ਉਹ ਸੁਖਾਲਵੇਂ ਜਿਹੜੇ ਕਿ ਚੱਲ ਰਹੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਜਲੰਧਰ ਦੇ ਰਾਮਾ ਮੰਡੀ ਤੋਂ ਅੱਗੇ ਦੀਆਂ, ਜਿੱਥੇ ਸਲਿਪ ਰੋਡ ਤੇ ਜਿਹੜਾ ਕਿ ਇਹ ਟ੍ਰੈਫਿਕ ਜਾ ਰਿਹਾ ਵਾ। ਭਾਜੀ ਡਾਇਵਰਸ਼ਨ ਜਿਹੜੀ ਹੈ ਕਿੱਥੋਂ ਦਿੱਤੀ ਗਈ ਹੋਈ ਹੈ? ਪੀਏਪੀ ਚੌਂਕ ਤੋਂ। ਤੇ ਜਿਹੜਾ ਇੱਧਰ ਟ੍ਰੈਫਿਕ ਬਿਲਕੁਲ ਕੰਪਲੀਟਲੀ ਬੰਦ ਹੈ? ਓਕੇ ਬੰਦ, ਪੂਰੇ ਬੰਦ ਸਾਰੀ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਿ ਆਪਣੇ ਵੱਲੋਂ ਡਿਊਟੀ ਜ਼ਰੂਰ ਕਰਦਾ ਪਿਆ ਵਾ। ਪਰ ਤੁਹਾਨੂੰ ਮੈਂ ਇੱਕ ਤਸਵੀਰ ਹੋਰ ਦਿਖਾਵਾਂ ਕਿ ਐਂਬੂਲੈਂਸ ਜਿਹੜੀ ਹੈ ਕਿ ਤੁਸੀਂ ਦੇਖ ਸਕੋਗੇ ਕਿ ਉਹ ਟ੍ਰੈਫਿਕ ਦੇ ਵਿੱਚ ਜਿਹੜਾ ਕਿ ਨਾਲ ਹੀ ਜਿਹੜਾ ਕਿ ਉਹ ਸਲਿਪ ਰੋਡ ਤੇ ਹੀ ਚੱਲਦੀ ਪਈ ਹੈ। ਐਮਰਜੈਂਸੀ ਸਰਵਿਸਿਸ ਦੀ ਹਾਲੇ ਗੱਲ ਤੁਸੀਂ ਹੁਣੇ ਹੀ ਸੁਣੀ ਹੈ ਕਿ ਪੁਲਿਸ ਨੇ ਦੱਸੀ ਹੈ ਮੁਲਾਜ਼ਮ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਚਾਰੂ ਢੰਗ ਦੇ ਨਾਲ ਰੱਖੀ ਹੋਈ ਹੈ। ਪਰ ਇਹ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਸਾਹਮਣੇ ਐਂਬੂਲੈਂਸ ਜਿਹੜੀ ਹੈ ਕਿ ਉਹ ਟ੍ਰੈਫਿਕ ਦੇ ਵਿੱਚ ਖੜੀ ਹੋਈ ਹੈ, ਸਲਿਪ ਰੋਡ ਤੇ ਜਿਹੜਾ ਕਿ ਉਹ ਟ੍ਰੈਫਿਕ ਜਿਹੜਾ ਆ ਰਿਹਾ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਜਾਮ ਹੈ ਤੁਹਾਨੂੰ ਦੱਸ ਦਿਆਂ ਕਿ ਮਗਰਲੇ ਪਾਸੇ ਪਠਾਨਕੋਟ ਬਾਈਪਾਸ ਤੱਕ ਲੱਗਾ ਹੋਇਆ, ਪਰ ਇਹਦੇ ਵਿੱਚ ਹੀ ਨਾਲ ਹੀ ਤੁਹਾਨੂੰ ਇੱਕ ਗੱਲ ਹੋਰ ਵੀ ਸਾਂਝੀ ਤੁਹਾਡੇ ਨਾਲ ਕਰਾਂਗੇ ਕਿ ਇਸ ਵੇਲੇ ਜਿਹੜੀ ਮੀਟਿੰਗ ਚੱਲਦੀ ਪਈ ਹੈ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਾ ਰਹੀ ਹੈ, ਹਾਲਾਂਕਿ ਇਹ ਖਾਲੀ ਐਂਬੂਲੈਂਸ ਹੈ ਪਰ ਫਿਰ ਵੀ ਜਿਹੜੀ ਇਹ ਐਂਬੂਲੈਂਸ ਜਿਹੜੀ ਹੈ ਕਿ ਉਹ ਸਲਿਪ ਰੋਡ ਤੇ ਹੀ ਟ੍ਰੈਫਿਕ ਦਾ ਹੀ ਹਿੱਸਾ ਬਣ ਕੇ ਜਿਹੜਾ ਕਿ ਉਹ ਨਾਲ ਚੱਲਦੀ ਪਈ ਹੈ। ਅਪਡੇਟ ਤੁਹਾਨੂੰ ਦੇ ਦਈਏ ਕਿ ਇਸ ਵੇਲੇ ਜਿਹੜੀ ਹੈ ਕਿ ਸ਼ੂਗਰ ਕੇਨ ਬੋਰਡ ਦੀ ਜਿਹੜੀ ਹੈ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲਦੀ ਪਈ ਹੈ, ਤੇ ਦੂਸਰੇ ਪਾਸੇ ਜਿਹੜੀ ਹੈ ਕਿ SKM ਦੀਆਂ ਜਥੇਬੰਦੀ ਦੀਆਂ ਵੀ ਜਿਹੜੀਆਂ ਕਿ ਉਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਚੱਲਦੀ ਪਈ ਆ। ਉਸ ਮੀਟਿੰਗ 'ਚ ਵੀ ਜਿਹੜਾ ਕਿ ਕਿਸਾਨਾਂ ਦੀ ਫੈਸਲਾ ਹੋਏਗਾ ਕਿ ਸਰਕਾਰ ਜਿਹੜਾ ਕਿ ਸ਼ੂਗਰ ਮਿੱਲਾਂ ਨੂੰ ਲੈ ਕੇ ਜਿਹੜਾ ਕੀ ਫੈਸਲਾ ਕਰਦੀ ਹੈ, ਤੇ ਜਿਸ ਤੋਂ ਬਾਅਦ ਜਿਹੜਾ ਅੱਗੇ ਧਨੋਵਾਲੀ ਦੇ ਕੋਲ ਜਿਹੜਾ ਮੋਰਚਾ ਲੱਗਾ ਹੋਇਆ ਵਾ ਉਹਦੀ ਰੂਪਰੇਖਾ ਕੀ ਹੋਏਗੀ। ਤਸਵੀਰਾਂ ਲਗਾਤਾਰ ਤੁਹਾਡੇ ਦੇ ਨਾਲ ਸਾਂਝੀਆਂ ਕਰਦੇ ਪਏ ਆ ਜਲੰਧਰ ਤੋਂ ਨਿਕਲਣ ਵਾਲਾ ਜਿਹੜਾ ਹਾਈਵੇ, ਕਿਸ ਤਰੀਕੇ ਦੇ ਨਾਲ ਇੱਥੇ ਟ੍ਰੈਫਿਕ ਜਿਹੜਾ ਕਿ ਉਹ ਬਾਧਿਤ ਹੋ ਰਿਹਾ ਵਾ। ਲੋਕ ਜਿਹੜੇ ਨੇ ਕਿ ਇੱਥੇ ਹੌਲੀ ਹੌਲੀ ਆਪਣੀਆਂ ਗੱਡੀਆਂ ਨੂੰ ਜਿਹੜਾ ਕਿ ਅੱਗੇ ਲੈ ਕੇ ਜਾ ਰਹੇ ਨੇ। ਹੋਰ ਜਿਹੜੀ ਅਪਡੇਟ ਹੋਏਗੀ, ਬਾਕੀ ਲੋਕਾਂ ਨੂੰ ਜਿਹੜੀ ਅਸੁਵਿਧਾ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਟ੍ਰੈਫਿਕ ਦਾ ਹਾਲਾਤ ਨੇ ਉਹਨੀਆਂ ਲੈ ਕੇ ਪਲ ਪਲ ਰੇਟ ਦੀ ਅਪਡੇਟ ਲੈ ਕੇ ਤੁਹਾਡੇ ਤੋਂ ਹਾਜ਼ਰ ਹੋਵਾਂਗੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜੇ ਲੋਕ ਅੰਮ੍ਰਿਤਸਰ ਤੋਂ ਜਲੰਧਰ ਲੁਧਿਆਣਾ ਜਾਣ ਵਾਲੇ ਨੇ ਉਹ ਜਿਹੜਾ ਨੇ ਕਿ ਨੈਸ਼ਨਲ ਹਾਈਵੇ ਦਾ ਇਸਤੇਮਾਲ ਨਾ ਕਰਨ, ਕੋਸ਼ਿਸ਼ ਕਰਨ ਉਹ ਜਲੰਧਰ ਦੇ ਕੈਂਟ ਦੇ ਅੰਦਰੋਂ ਦੀ ਹੁੰਦੇ ਹੋਏ ਨਕੋਦਰ ਬਾਈਪਾਸ ਤੋਂ ਜਿਹੜਾ ਕਿ ਬਾਹਰ ਜਿਹੜਾ ਕਿ ਪ੍ਰਾਗਪੁਰ ਦਾ ਜਿਹੜਾ ਕਿ ਰਸਤਾ ਲੈਣ, ਸੇਮ ਜਿਹੜੇ ਲੋਕ ਪਠਾਣ ਫਗਵਾੜੇ ਤੋਂ ਆ ਰਹੇ ਨੇ ਲੁਧਿਆਣੇ ਤੋਂ ਆ ਰਹੇ ਨੇ ਉਹ ਵਾਇਆ ਨਕੋਦਰ ਹੁੰਦੇ ਹੋਏ ਸਿਟੀ ਦੇ ਵਿੱਚੋਂ ਜਿਹੜਾ ਕਿ ਅੱਗੇ ਕਪੂਰਥਲਾ ਤੇ ਜਿਹੜਾ ਕਿ ਅੰਮ੍ਰਿਤਸਰ ਜਿਹੜਾ ਕਿ ਆਪਣਾ ਰਸਤਾ ਲੈ ਸਕਦੇ ਨੇ। ਨੈਸ਼ਨਲ ਹਾਈਵੇ ਦੀਆਂ ਦੋਨੋਂ ਲੇਨਸ ਜਿਹੜੀਆਂ ਬੰਦ ਨੇ, ਸਲਿਪ ਰੋਡਸ ਤੇ ਵੀ ਜਿਹੜਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਵਾ, ਲੋਕਾਂ ਨੂੰ ਜਿਹੜਾ ਕਿ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ। ਆ ਪਲ ਪਲ ਦੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਭਵੀ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।